ਜਨਮ ਦਿਨ ਆ ਵਧਾਈਆਂ ਪਹਿਲਾਂ ਤਾਂ ਤੁਹਾਨੂੰ ਤੇ ਇਹ ਤੁਸੀਂ ਹਰ ਸਾਲ ਇਸ ਤਰ੍ਹਾਂ ਉਪਰਾਲਾ ਕਰਦੇ ਹੋ ਬੂਟਿਆਂ ਦਾ ਤੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਆਪਦੇ ਜਨਮ ਦਿਨਾਂ ਦੇ ਉੱਤੇ ਮਹਿੰਗੇ ਪਾਰਟੀਆਂ ਕਰਦੇ ਨੇ ਕਿੰਨਾ ਪੈਸਾ ਹਨਾ ਬਰਬਾਦ ਹੋ ਜਾਂਦਾ ਗਾ ਪਲਾਂਟ ਲੈ ਗਏ ਪਲਾਂਟ ਲਾਏ ਫੋਟੋ ਖਿੱਚੀ ਤੇ ਵਟਸਐਪ ਤੇ ਪਾਰਟੀ ਦਿਖਾਵਾ ਕਰਦੇ ਨੇ ਇਹਨਾਂ ਦਾ ਇਹ ਕੰਮ ਨਹੀਂ ਹੈਗਾ ਇਹ ਬੂਟੇ ਲਾਉਂਦੇ ਨੇ ਤੇ ਬੂਟਿਆਂ ਨੂੰ ਪਾਲਦੇ ਵੀ ਨੇ ਮਰਨਾ ਸਾਡੀ ਮੌਤ ਸਾਡੀ ਪਹਿਲਾਂ ਲਿਖੀ ਪਈ ਆ ਇਸ ਕਰਕੇ ਕਿਉਂ ਨਾ ਕੋਈ ਮਰਨ ਤੋਂ ਪਹਿਲਾਂ ਮੌਤ ਤੋਂ ਪਹਿਲਾਂ ਕੋਈ ਉਹਦਾ ਚੰਗਾ ਕੰਮ ਕਰ ਜਾਈਏ ਜਿਹੜਾ ਯਾਦ ਰੱਖੀ ਕੀ ਗੱਲ ਦੱਸਾਂ ਜਿਵੇਂ ਕਿ ਮੈਂ ਇਹ ਕੰਮ ਕਰਦਾ ਮੈਨੂੰ ਵਾਤਾਵਰਨ ਵਾਲਾ ਮੈਨੂੰ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਫਿਰ ਜੇਲ੍ਹ ਜਾਣਾ ਪੈਗਾ ਮੇਰਾ ਉੱਥੇ ਕਨੈਕਸ਼ਨ ਕੱਟਿਆ ਗਿਆ ਉਹਨੇ ਮੇਰਾ ਇੰਨਾ ਮਨ ਦੁਖੀ ਹੋਇਆ ਤਾਂ ਸਾਡੇ ਮੋਟਰ ਦਾ ਕਨੈਕਸ਼ਨ ਕੱਟਤਾ ਹਾਂ ਜਿਹੜਾ ਸਾਡੇ ਮੁੰਡੇ ਨੇਗਾ ਸਾਡੇ ਦਰਖਤ ਵੱਢਣ 'ਤੇ ਜ਼ੋਰ ਲਾਉਂਦੇ ਵੀ ਜ਼ਮੀਨਾਂ ਵਿਹਲੀਆਂ ਹੋ ਗਈਆਂ ਵੱਢ ਤੋਂ ਹੀ ਦਰਖਤ ਵੱਢਣ 'ਤੇ ਜ਼ੋਰ ਲਾਇਆ ਹੋਇਆ ਲਾਉਣ 'ਤੇ ਜ਼ੋਰ ਹੈ ਨਹੀਂ ਗਾ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਅੱਜ ਪਤਾ ਕਿ ਅੱਜ ਭਾਨਾ ਸਿੱਧੂ ਦਾ ਜਨਮਦਿਨ ਆ ਅਤੇ ਵੀਰ ਦੀ ਹਮੇਸ਼ਾ ਜਿਹੜੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਜਨਮਦਿਨ ਦੇ ਉੱਤੇ ਬੂਟੇ ਹੀ ਲਗਾਉਂਦਾ ਤੁਸੀਂ ਅਕਸਰ ਵੀਡੀਓ ਦੇ ਵਿੱਚ ਵੀਰ ਦੇਖਿਆ ਹੋਵੇਗਾ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਵਿੱਚ ਅਤੇ ਵੀਰ ਦੇ ਆਪਦੇ ਪੇਜ ਦੇ ਉੱਤੇ ਵੀ ਤਾਂ ਅੱਜ ਵੀ ਅਸੀਂ ਪਹੁੰਚੇ ਹਾਂ ਬਾਈ ਦੇ ਜਨਮਦਿਨ ਦੇ ਉੱਤੇ ਬਾਈ ਨੂੰ ਨਾਲ ਤਾਂ ਵਧਾਈਆਂ ਦਿੱਤੀਆਂ ਦੇਖ ਸਕਦੇ ਹੋ ਬਾਈ ਅੱਜ ਵੀ ਜਿਹੜਾ ਸਾਨੂੰ ਸਿੱਧਾ ਬੂਟੇ ਨਰਸਰੀ ਦੇ ਵਿੱਚ ਹੀ ਮਿਲਿਆ ਬਹੁਤ ਬੂਟੇ ਲੈਣ ਬਾਈ ਆਇਆ ਹੋਇਆ ਅਤੇ ਕਈ ਲੋਕ ਕਹਿੰਦੇ ਹਨ ਦਿਖਾਵਾ ਹੁੰਦਾ ਜਾਂ ਉਹ ਕਿੱਦਾਂ ਅੱਜ ਆਪਾਂ ਨਰਸਰੀ ਬਾਈ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਬਾਈ ਨਰਸਰੀ 'ਚ ਹੁੰਦੇ ਆ ਉਹਨਾਂ ਤੋਂ ਜਾਣਾਂਗੇ ਕਿ ਬਾਈ ਹਰ ਸਾਲ ਆਉਂਦਾ ਇਹ ਬਾਈ ਨਰਸਰੀ ਚਲਾਉਂਦੇ ਨੇ ਤਾਂ ਬਾਈ ਜੀ ਭਾਨਾ ਸਿੱਧੂ ਦਾ ਜਨਮਦਿਨ ਆ ਜਿਵੇਂ ਅੱਜ ਬੂਟੇ ਲੈਣ ਆਏ ਆ ਅਤੇ ਉਹ ਹਰ ਸਾਲ ਹੀ ਵੀਡੀਓਆਂ ਪਾਉਂਦੇ ਆ ਕਿ ਹਰ ਸਾਲ ਉਹ ਤੁਹਾਡੇ ਤੋਂ ਬੂਟੇ ਲੈ ਕੇ ਜਾਂਦੇ ਆ ਹਰ ਸਾਲ ਬੂਟੇ ਵੀ ਲੈ ਕੇ ਜਾਂਦੇ ਆ ਲਾਉਂਦੇ ਵੀ ਨੇ ਅਤੇ ਲੋਕਾਂ ਨੂੰ ਪ੍ਰੇਰਿਤ ਵੀ ਕਰਦੇ ਨੇ ਵੀ ਇੱਕ ਬੂਟਾ ਲਾ ਇੱਕ ਬੰਦਾ ਲਾਉਣ ਬੂਟਾ ਲੈ ਜਾਂਦਾ ਬੂਟਾ ਲਾਉਂਦਾ ਪਾਲਦਾ ਨਹੀਂ ਹੈਗਾ ਮੰਨ ਕੇ ਚੱਲੋ ਵੀ ਜੇ ਅੱਜ ਇਹਨਾਂ ਨੇ 100 ਬੂਟਾ ਲਾਇਆ ਲੈ ਕੇ ਜਾਣਗੇ ਤੇ 100 ਬੂਟੇ ਦਾ 100% ਚੱਲੇਗਾ ਸਾਡੇ ਕੋਲੋਂ ਪਿੰਡਾਂ ਦੇ ਵਿੱਚ 500-700 ਬੂਟਾ ਪੰਚਾਇਤਾਂ ਵਾਲੇ ਲੈ ਕੇ ਜਾਂਦੇ ਨੇ ਜਦੋਂ ਅਸੀਂ ਅਗਲੇ ਸਾਲ ਉਹਨਾਂ ਤੋਂ ਪੁੱਛਦੇ ਹਾਂ ਵੀ ਕਿੰਨੀ ਸਰਵਾਈਵਲ ਆ ਗਈ ਤਾਂ ਸਾਨੂੰ 30% ਬੜੀ ਮੁਸ਼ਕਲ ਨਾਲ ਪਲਾਂਟਸ ਮਿਲਦੇ ਨੇ ਇਹਨਾਂ ਦਾ ਕੰਮ ਇਹ ਪਲਾਂਟਸ ਲੈ ਕੇ ਬਾਅਦ 'ਚ ਜਾਂਦੇ ਨੇ ਪਹਿਲਾਂ ਇਹਨਾਂ ਦੇ ਕੋਲ ਟੋਏ ਪੁੱਟੇ ਹੁੰਦੇ ਨੇ ਅੱਛਾ ਨਹੀਂ ਆਮ ਲੋਕ ਕੀ ਕਰਦੇ ਨੇ ਪਲਾਂਟਸ ਲੈ ਗਏ ਪਲਾਂਟਸ ਲਾਏ ਫੋਟੋ ਖਿੱਚੀ ਤੇ ਵਟਸਐਪ ਤੇ ਪਾਰਟੀ ਦਿਖਾਵਾ ਕਰਦੇ ਨੇ ਇਹਨਾਂ ਦਾ ਇਹ ਕੰਮ ਨਹੀਂ ਹੈਗਾ ਇਹ ਬੂਟੇ ਲਾਉਂਦੇ ਨੇ ਤੇ ਬੂਟਿਆਂ ਨੂੰ ਪਾਲਦੇ ਵੀ ਨੇ ਜਦੋਂ ਤੁਸੀਂ ਇਹਨਾਂ ਦੇ ਖੇਤ ਜਾ ਕੇ ਦੇਖੋਗੇ ਟਿੱਬੇ ਤੇ ਤੁਹਾਨੂੰ ਜੰਗਲ ਹੀ ਮਿਲੇਗਾ ਉੱਥੇ ਅੱਛਾ ਬਈ ਕਿੰਨੇ ਕੁ ਬੂਟੇ ਹੁਣ ਤੱਕ ਤੁਸੀਂ ਦੇ ਚੁੱਕੇ ਇਹਨਾਂ ਨੂੰ ਐਸਟੀਮੇਟ ਹੈ ਕੋਈ ਅੰਦਾਜ਼ਾ ਜੀ ਇਹ ਹਰ ਸਾਲ ਤਕਰੀਬਨ 100-150-200 ਪਲਾਂਟਸ ਲੈ ਕੇ ਜਾਂਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਪਲਾਂਟਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਕਾਮਯਾਬ ਵੀ ਕਰਦੇ ਨੇ ਅਸੀਂ ਉੱਥੇ ਜਾ ਕੇ ਵੀ ਆਉਂਦੇ ਅਸੀਂ 5 June ਨੂੰ ਪਿਛਲੇ ਸਾਲ ਵਾਤਾਵਰਨ ਦਿਵਸ ਤੇ ਗਏ ਸੀਗੇ ਜਦੋਂ ਉੱਥੋਂ ਖੁਦ ਇਹ ਪਾਣੀ ਲਾ ਰਹੇ ਸੀਗੇ ਖੁਦ ਪਲਾਂਟਸ ਲਾ ਰਹੇ ਸੀਗੇ ਅਸੀਂ ਟਿੱਬਿਆਂ 'ਚ ਗਏ ਅਸੀਂ ਇਹਨਾਂ ਨੂੰ ਦੱਸ ਕੇ ਨਹੀਂ ਗਏ ਅਸੀਂ ਬਾਅਦ 'ਚ ਇਕੱਲੇ ਹੀ ਗਏ ਸੀਗੇ ਮਹਿਕਮੇ ਵਾਲੇ ਜਦੋਂ ਅਸੀਂ ਜਾ ਕੇ ਦੇਖਿਆ ਮਿੱਟੀ ਨਾਲ ਮਿੱਟੀ ਹੋਏ ਪਏ ਸੀ ਸਾਨੂੰ ਬਹੁਤ ਖੁਸ਼ੀ ਹੋਈ ਉਹਨਾਂ ਦਾ ਭਾਨੇ ਨਾਲ ਵੀ ਬਾਈ ਨਾਲ ਗੱਲ ਕਰਾਂਗੇ ਭਾਨੇ ਬਾਈ ਕਿਵੇਂ ਅੱਜ ਬੂਟੇ ਜਨਮਦਿਨ ਆ ਵਧਾਈਆਂ ਪਹਿਲਾਂ ਤਾਂ ਤੁਹਾਨੂੰ ਤੇ ਇਹ ਤੁਸੀਂ ਹਰ ਸਾਲ ਇਸ ਤਰ੍ਹਾਂ ਉਪਰਾਲਾ ਕਰਦੇ ਹੋ ਬੂਟਿਆਂ ਦਾ ਤੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਆਪਦੇ ਜਨਮਦਿਨਾਂ ਦੇ ਉੱਤੇ ਮਹਿੰਗੇ ਪਾਰਟੀਆਂ ਕਰਦੇ ਨੇ ਕਿੰਨਾ ਪੈਸਾ ਹਨਾ ਬਰਬਾਦ ਹੋ ਜਾਂਦਾ ਗਾ ਇਹ ਗੱਲ ਪਤਾ ਕੀ ਗੱਲ ਆ ਗੱਲ ਇਉਂ ਆ ਕਿ ਇੱਕ ਤੁਸੀਂ ਦੇਖੋ ਵੀ ਜਿਹੜਾ ਅੱਜ ਦਾ ਪੰਜਾਬ ਦਾ ਮਾਹੌਲ ਆ ਪੰਜਾਬ ਦੇ ਵਿੱਚ ਨਾ ਜੇ ਆਪਾਂ ਦਰਖਤਾਂ ਹੇਠ ਕਰੀਏ ਤਾਂ 33% ਰਕਬਾ ਦਰਖਤਾਂ ਹੇਠ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਦਰਖਤ ਬਹੁਤ ਘੱਟ ਰਹਿ ਗਏ ਕਟਾਈ ਬਹੁਤ ਜ਼ੋਰ 'ਤੇ ਹੋ ਰਹੀ ਆ ਦੂਜੀ ਗੱਲ ਜੇ ਅਗਲੀ ਗੱਲ ਕਰੀਏ ਜਿਵੇਂ ਕਿ ਅਸੀਂ ਬਿਮਾਰੀਆਂ ਦਾ ਕਿੰਨਾ ਸਾਹਮਣਾ ਕਰ ਰਹੇ ਹਾਂ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਹੈ ਕਿ ਚੰਗੀ ਸਿਹਤ ਸਹੂਲਤਾਂ ਦੇਈਏ ਹੋਸਪਿਟਲਾਂ 'ਤੇ ਬਹੁਤ ਵੱਡਾ ਜ਼ੋਰ ਹੈ ਮੈਨੂੰ ਇਹ ਲੱਗਦਾ ਵੀ ਹੋਸਪਿਟਲ ਬਣਾਉਣ ਤੋਂ ਪਹਿਲਾਂ ਸਾਡਾ ਜਿਹੜਾ ਵਾਤਾਵਰਨ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਇੱਕ ਰੁੱਖ 100 ਸੁੱਖ ਦੇਖੋ ਜੇ ਅੱਜ ਸਾਡੀ ਪਾਣੀ ਹਵਾ ਧਰਤੀ ਜਿਹੜੀ 3 ਚੀਜ਼ਾਂ ਨੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਹੜੀ ਕਿ ਸਾਡੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈ ਜੇ ਪਾਣੀ ਨੂੰ ਸਾਫ਼ ਰੱਖਣਾ ਧਰਤੀ ਨੂੰ ਸਾਫ਼ ਰੱਖਣਾ ਅਤੇ ਹਵਾ ਨੂੰ ਸਾਫ਼ ਰੱਖਣਾ ਇਹਨਾਂ ਤਿੰਨਾਂ ਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਹੈਗੀ ਦਰਖਤ ਦੀ ਇਸ ਕਰਕੇ ਹੁਣ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਸਾਨੂੰ ਐਡੇ ਹੋਸਪਿਟਲ ਬਣਾਉਣ ਦੀ ਲੋੜ ਨਹੀਂ ਅੱਜ ਤੋਂ 30 ਸਾਲ ਪਹਿਲਾਂ ਕਿੰਨੀਆਂ ਕੁ ਬਿਮਾਰੀਆਂ ਸੀਗੀਆਂ ਕਿਉਂਕਿ ਪਹਿਲਾਂ ਸਾਡਾ ਵਾਤਾਵਰਨ ਸ਼ੁੱਧ ਸੀਗਾ ਅੱਜ ਸਾਡਾ ਵਾਤਾਵਰਨ ਜਿਹੜਾ ਬਹੁਤ ਖਰਾਬ ਹੋ ਚੁੱਕਿਆ ਇਸ ਕਰਕੇ ਮੈਂ ਹਰ ਇੱਕ ਨੂੰ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਪਤਾ ਹੀ ਗੱਲ ਆ ਲੋਕ ਇੱਥੇ ਮੈਂ ਦੇਖਦਾ ਵੀ ਕਿਤੇ ਵੀ ਆਪਣੇ ਜਨਮਦਿਨ 'ਤੇ ਜ਼ਿਆਦਾਤਰ ਹਨਾ ਵੀ ਮਹਿੰਗਾ ਮਹਿੰਗਾ ਬਹੁਤ ਖਰਚ ਕਰਦੇ ਨੇਗੇ ਮੈਂ ਜਨਮਦਿਨ ਨੂੰ ਕੋਈ ਮਨਾਉਣ ਨੂੰ ਵੈਸੇ ਬਾਹਲੀ ਵੱਡੀ ਮਹੱਤਤਾ ਨਹੀਂ ਮਿਲਦਾ ਇੱਕ ਮੇਰਾ ਬਹਾਨਾ ਹੋ ਜਾਂਦਾ ਕਿ ਆਪਾਂ ਆਪਦੇ ਇਸ ਦਿਨ 'ਤੇ ਆਪਾਂ ਜਿਹੜਾ ਦਰਖਤ ਲਾਈਏ ਬਾਕੀ ਹੁਣ ਸਾਉਣ ਦਾ ਮਹੀਨਾ ਚੜ੍ਹ ਜਾਣਾ ਕੇਕਾਂ ਦੇ ਵਿੱਚ ਜਾਂ ਸ਼ਰਾਬਾਂ ਦੇ ਵਿੱਚ ਜਾਂ ਹੋਰਾਂ ਦੇ ਵਿੱਚ ਇਹ ਕੋਈ ਬਾਹਲੀ ਮਹੱਤਤਾ ਨਹੀਂ ਰੱਖਦੇ ਇਹ ਜੇ ਕੋਈ ਕਰਨਾ ਤਾਂ ਕੋਈ ਸਮਾਜ ਲਈ ਜਾਂ ਆਪਣੇ ਲੋਕਾਂ ਲਈ ਕੰਮ ਕਰੋ ਜਨਮਦਿਨ ਦੇ ਜ਼ਰੀਏ ਹੈ ਨਾ ਕਿਸੇ ਕੋਈ ਆਪਣੇ ਤੁਹਾਡੇ ਕਿਸੇ ਮਜ਼ਦੂਰ ਦਾ ਫਾਇਦਾ ਹੋ ਜਾਵੇ ਕਿਸੇ ਗਰੀਬ ਦਾ ਫਾਇਦਾ ਹੋ ਜਾਵੇ ਜਾਂ ਕਿਸੇ ਦਾ ਕੋਈ ਵਾਤਾਵਰਨ ਸੰਬੰਧੀ ਕੰਮ ਹੋ ਜਾਵੇ
इस तरह का काम करने चाहिए। देखो मरता हर एक नहीं जाना, जिहड़े बंदे ने जन्म लिता वह बंदे ने मरना, मरना साड़ी मौत साड़ी पहला लिखी पई है। इस करके क्यों ना कोई मरण तो पहला मौत तो पहला कोई चंगा काम कर जाए जिहड़ा याद रखिए। पर तैनूं मैं छोटी जी गल दसां, जिवें कि मैं ये काम करदा मैनूं वातावरण वाला, मैनूं दिक्कतां दा बहुत सामना करना पैंदा। दिक्कतां दा इउं सामना करना पैंदा कि कुछ ना हुण इस तरह का जिहड़ा समाज दे विच चंगाई ते बुराई बराबर चलदियां ने। इस करके जिवें हुण कि मेरे पानी वाली मोटर उत्थे मैं पिछली बार इन्ने पैसे खर्च करके खर्च करवाई है ना, जो मैं बाहरों आया मैं आस्ट्रेलिया गया सीगा, मेरे आस्ट्रेलिया मेरे को काफ़ी टाइम का वीजा पिया सी, मैं यार गर्मी शुरू होगी, मैं आप बूटा बाटा पानी पाना आप चल दें। जो आने सारे तुम्हें पता जी घटना वापर गई सारी उस गवर्नमेंट वालों एक सोची समझी साजिश सी वो बार वरत गई, फिर जेल जाना पै गया मेरा, उत्थे कनैक्शन कटा गया उन्हें, मेरा इन्ना मन दुखी होया था। हाँ जरा साडे मुंडे ने गा सारे है ना, इन्होंने मैंने कल दिता कहते बई यार कहते आप यार कहते हर साल ये काम करते हैं, कहते आप भी इस साल भी क्यों ना जो बूटे लाइए, कहते अपने तो देख के पिछली बारी किन्ने बूटे लगे तो हूँ कहना यार उही चीज़ आऊ। इस करके फिर मेरा थोड़ा जहा मन जा गई बार टुट जाता, पर बंदा टुटता फिर बंद सांभ संभाल भी करते हो इन्हें सांभ संभाल का मारा तैन दस हजार ना, इतने अपने पंजाब कि गर्मी पैंती है सांभ संभाल का मारा, तो मैं उतों ठंडिया हवावं छड़ के आया सी, ठंडा मौसम छड़ के आया सी उ है ना, सांभ संभाल तो इस करके हूँ इतने हूँ सू चीज़ा प्यार है, आपके पंजाब प्यार है, ये दरख्तों प्यार है। देखो कुदरत सब तो वीड्डी चीज़ है, दरख्त एक बहुत वीड्डी चीज़ है, जेडे साडिया जूना ने उन्होंने भी एक दरख्त जून आता, असं हर एक बड़ बड़ साडे की करते हैं, खास करके साडे जिमीदार किसानों का बहुत यह बुरा हाल है, की करते हैं जी माड़े जी खतर बढ़ के मार देने दरख्त को पट्ट के मार देने गए। हूँ झोन सीजन झोना लगी जाता ना, हूँ झोने तो पहला गए जो कणक बढ़ के खड़ते हैं, कणक बढ़न सारे की करते हैं साढ़े दरख्त बढ़ने जोर ला देने भी जमीन वेलिया हो गई, बढ़ तो ही दरख्त बढ़ तो ही दरख्त बढ़न तो जोर लाया हुआ, लाने जोर है नहीं गा एडा। इस करके साड़ी जी सब तो वीड्डी महत्ता साड़ी जिंदगी दरख्त की बहुत वीड्डी महत्ता, वातावरण की बहुत वीड्डी महत्ता है, जे असी चाहते हैं कि साडा जिहड़ा वातावरण हुण जिहड़े मैं देशों च मैं घूम के आया उत्थे दरख्त बढ़न तो एक पहला तो जो किसी ने दरख्त पट्टना है पहला तो परमिशन लेनी पू, फिर पांच साल परमिशन नहीं मिलती, फिर उन्होंने दरख्त बराबर लाना पैंता, साढ़े कोई इतने परमिशन लैन की लड़ ही नहीं लिया, जी सी भी पट्ट के पर मार देने बट्टी तुर जाते हैं, साढ़े तो इतने दरख्त की अहमियत ही बड़ी घट्ट है। इस करके सब तो बड़ा मैंने लगता भी जोड़ा पुन भी है तो कुदरत नाल प्यार भी है तो साडा जो फलसफा उसते भी है, गुरु साड़ी हवा है जी, हवा जी ना गुरु गुरु नानक देव जी गुरु पानी हाँ इनू गुरु कहा गया ठीक है। इस करके हवा साड़ी गुरु आ, गुरु महाराज ने कहा इनू जो साफ रखना तो दरख्तों की बहुत वड्डी जरूरत है। आ देखो इतने किन्ने दरख्त लगे हुए बिल्कुल, हाँ नर्सरी के इतने किन्नी शांति है, किन्ना सुख का सह आ, सारे दरख्त ही दरख्त खड़े ने इतने, तुम देख लो भी जिते दरख्त नहीं होंगे उत्थे की बुरा हाल होंगे। दूजी गल मैं तुम्हें होर दसदा, अज हर एक बंद को महंगी गड्डी है, जो बंद गड्डी जाऊगा जाके दफ्तर खड़ा दरख्त भालू पहला दरख्त थले गड्डी लानी है, उन्होंने पुछने वाला हो किसी बंद भी तू अ दरख्त भाली जाना गड्डी ला थले लाने के दरख्त कोई जिंदगी च लाया, हर एक बंदा दरख्त नु डिगदा छां नु डिगदा है जी गर्मी च सही है। हाँ भी लोड़ा किधर जाने तुसीं बूटे किहड़े तरदे आ कोई ना अपना टालियां तरह आप। इस करके हर एक बंदा ना उस चीज नु डिगदा है ना यार छां थले मोटरसाइकिल छां थले लाउणा गड्डी छां थले लाउणी है पर दरख्त कदे लाया नहीं हुंदा। यही मेरी बेनती है कि आप इदां दा सारा ये करिए यार, गर्मी जिहड़ी बहुत वधी जांदी आ, बीमारियां बहुत वधी जांदियां नेगियां, रुख दियां तां पता नहीं किन्नियां किन्नियां कि जिहड़ियां एक रुख सौ सुख वाली गल है तां पता नहीं किन्ने क फायदे ने साडे लई बिल्कुल। हाँ जी अच्छा पाने किन्ने क दरख्त ला रहे हो फिर अज दिने क लगणगे महाराज जी कृपा नाल ला देंगे लै के जाने असीं ਤਾਂ ਬਿਲਕੁਲ ਇਹ ਵੱਡਾ ਉਪਰਾਲਾ ਵੀਰ ਭਾਨੇ ਦਾ ਸਿੱਧੂ ਅਕਸਰ ਤੁਸੀਂ ਆਪਣੇ ਪੇਜ ਦੇ ਉੱਤੇ ਭਾਨੇ ਵੀਰ ਦਾ ਪੇਜ ਆ ਜਿਹੜਾ ਵਧੀਆ ਚੱਲਦਾ ਤਾਂ ਬਾਈ ਉਹਦੇ ਤੇ ਦੇਖਦੇ ਆ ਵੀ ਹਮੇਸ਼ਾ ਤਾਂ ਜਦੋਂ ਆਸਟ੍ਰੇਲੀਆ ਵੀ ਗਿਆ ਹੋਇਆ ਸੀ ਤਾਂ ਉਦੋਂ ਵੀ ਲਾਈਵ ਹੋ ਕੇ ਇੱਕ ਬਾਈ ਨੇ ਵੀਡੀਓ ਪਾਈ ਸੀ ਕਿ ਜਿਹੜੇ ਮੇਰੇ ਪਿੱਛੇ ਲਾਏ ਹੋਏ ਦਰਖਤ ਨੇ ਹੁਣ ਵੀ ਬਾਈ ਨੇ ਦੱਸਿਆ ਵੀ ਉਹਨਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਲਾ ਤਾਂ ਬਹੁਤ ਲੋਕ ਦਿੰਦੇ ਆ ਕਿਉਂਕਿ ਫੋਟੋਆਂ ਖਿਚਾਉਣੀਆਂ ਹੁੰਦੀਆਂ ਜਾਂ ਇੱਕ ਫੇਮਸ ਹੋਣ ਦੇ ਲਈ ਪਰ ਉਹਨਾਂ ਦੀ ਸਾਂਭ ਸੰਭਾਲ ਬਹੁਤ ਘੱਟ ਕਰਦਾ ਤਾਂ ਵੀਰ ਸਿਰਫ ਦਰਖਤਾਂ ਦੀ ਖਾਤਰ ਸਾਂਭ ਸੰਭਾਲ ਖਾਤਰ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਛੱਡ ਕੇ ਵਾਪਸ ਆਇਆ ਅਤੇ ਉਦੋਂ ਬਾਅਦ ਆ ਕੇ ਜੇਲ੍ਹ ਵੀ ਜਾਣਾ ਪਿਆ ਜਿਹੜੀਆਂ ਘਟੀਆਂ ਨੀਤੀਆਂ ਸੀ ਸਰਕਾਰ ਦੀਆਂ ਤਾਂ ਅੱਜ ਦੁਬਾਰਾ ਬਾਈ ਦਾ ਜਨਮ ਦਿਨ ਆਇਆ ਤਾਂ ਸਾਰੇ ਤੁਸੀਂ ਵਧਾਈਆਂ ਵੀ ਬਾਈ ਨੂੰ ਦਿਓ ਅਤੇ ਤਾਂ ਅੱਜ ਇਹੀ ਸਾਡਾ ਮਕਸਦ ਸੀਗਾ ਇਹ ਮੈਸੇਜ ਦੇਣ ਦਾ ਭਾਨੇ ਵੀਰ ਦਾ ਵੀ ਕਿ ਵੱਧ ਤੋਂ ਵੱਧ ਅਸੀਂ ਦਰਖਤ ਲਾਈਏ ਅਤੇ ਜਿਹੜਾ ਸਾਡਾ ਵਾਤਾਵਰਨ ਆ ਉਹਨੂੰ ਅਸੀਂ ਬਚਾਈਏ।